ਸਾਡੇ ਨਾਲ ਰਾਜਿੰਦਰ ਬੁੱਟਰ ਜੀ ਜੀ ਟੀ ਏ ਤੋਂ ਅਤੇ ਨਾਲ ਸਾਡੇ ਅੰਮ੍ਰਿਤ ਔਲਖ ਬਾਊ ਔਲਖ ਦਾ ਕਹਿੰਦੇ ਵੀ ਹੁੰਦਾ ਵੀ ਚੰਡਿਆ ਹੋਇਆ ਭਤੀਜਾ ਅਤੇ ਮਹਾਨ ਕਬੱਡੀ ਖਿਡਾਰੀ ਜਿਹਨੇ ਤਕੜੇ ਜਫੇ ਲਾ ਕੇ ਜੀ ਟੀ ਏ ਦੇ ਝੋਲੀ ਦੇ ਵਿੱਚ ਜਿੱਤ ਪਾਈ ਆ। ਅੰਮ੍ਰਿਤ ਜਦੋਂ ਇਸ ਤਰ੍ਹਾਂ ਦਾ ਮੈਚ ਹੁੰਦਾ ਕਿਉਂਕਿ ਇੱਕ ਇੱਕ ਨੰਬਰ ਬੜਾ ਕੀਮਤੀ ਹੁੰਦਾ ਅਤੇ ਰਣਨੀਤੀ ਤਿਆਰ ਕਰਨ ਲਈ ਕਿੰਨਾ ਕੁ ਸਮਾਂ ਲੱਗਦਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਪਹਿਲਾਂ ਜਿੰਨੇ ਲਾਈਵ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਭਾਈ ਇੱਦਾਂ ਦਾ ਫਸਵਾਂ ਮੈਚ ਹੁੰਦਾ ਫਿਰ ਪੂਰੀ ਐਂ ਚੌਵੇਂ ਜਾਫੀਆਂ ਦੀ ਪੂਰੀ ਸਲਾਹ ਕਰਨੀ ਪੈਂਦੀ ਹੈ, ਸਲਾਹ ਕਰਕੇ ਕਿੰਨੇ ਲੱਗਣਾ ਕੀ ਹਿਸਾਬ ਤਾ ਵਾ, ਵੀ ਜਿਵੇਂ ਐਂ ਟੀਮ ਵਰਕ ਦੇ ਨਾਲ ਖੇਡਦੇ ਸਾਰੇ ਪਲੇਅਰ ਕੀ ਕੋਈ ਐਂ ਨਹੀਂ ਕਿ ਹਾਂ ਵੀ ਇੱਕ ਦੂਜੇ ਗਲਤ, ਪੂਰਾ ਵਧੀਆ ਐਂ ਪੂਰਾ ਕੰਬੀਨੇਸ਼ਨ ਬਣਦਾ ਆ ਅਤੇ ਵਧੀਆ ਟੀਮ ਨੇ ਜ਼ੋਰ ਮਾਰਿਆ, ਸਾਰੀ ਨੇ ਜਿੱਤੇ ਆਪਾਂ। ਤੁਸੀਂ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਜਾਂਦੇ ਹੋ, ਵੱਖ ਵੱਖ ਦੇਸ਼ਾਂ ਦੇ ਵਿੱਚ ਤੁਸੀਂ ਕਬੱਡੀ ਖੇਡੀ, ਪਾਕਿਸਤਾਨ ਵੀ, ਇੰਡੀਆ ਵੀ, ਠੀਕ ਫਿਰ ਨਿਊਜ਼ੀਲੈਂਡ, ਆਸਟ੍ਰੇਲੀਆ, ਮੇਰਾ ਖਿਆਲ ਕੋਈ ਕੰਟਰੀ ਛੱਡੀ ਨਹੀਂ ਹੋਣੀ। ਟੋਰਾਂਟੋ ਦੀ ਕਬੱਡੀ ਦੇ ਵਿੱਚ ਤਾਂ ਦੁਨੀਆ ਦੇ ਜਿਹੜੇ ਬਾਕੀ ਖੇਤਰਾਂ ਦੇ ਵਿੱਚ ਜਾਣੇ ਕਿੰਨਾ ਕੁ ਫਰਕ ਲੱਗਦਾ? ਟੋਰਾਂਟੋ ਦੀ ਕਬੱਡੀ ਭਾਈ, ਟੋਰਾਂਟੋ ਦੀ ਕਬੱਡੀ ਹੈ ਇੱਥੇ, ਇਹ ਸਭ ਤੋਂ ਤੜੀ ਕਬੱਡੀ ਹੈ ਟੋਰਾਂਟੋ ਦੀ ਆ, ਜਿੰਨੀ ਭਾਰੀ ਜਿੰਨੀ ਵੀ ਸਾਰੀ ਸਕਰੀਮ ਹੀ ਹੁੰਦੀ ਇੱਥੇ, ਜਿਵੇਂ ਬਾਕੀ ਸਾਰੇ ਵਧੀਆ, ਆਸਟ੍ਰੇਲੀਆ ਵੀ ਵਧੀਆ ਆ ਅਤੇ ਬਾਕੀ ਨਿਊਜ਼ੀਲੈਂਡ ਵੀ ਵਧੀਆ, ਪਾਕਿਸਤਾਨ ਵੀ ਗਏ ਵਰਲਡ ਕੱਪ ਦੇ, ਉਹਨਾਂ ਨੇ ਬਹੁਤ ਵਧੀਆ ਮਾਣ ਕੀਤਾ, ਬਹੁਤ ਵਧੀਆ ਉਹਨਾਂ ਦਾ ਵੀ ਅਤੇ ਵਧੀਆ ਭਾਈ ਇੱਥੇ ਟੋਰਾਂਟੋ ਦੀ ਕਬੱਡੀ ਵੀ ਇੱਕ ਨੰਬਰ 'ਤੇ ਆ ਬਾਈ। ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਤੁਸੀਂ ਮਿਹਨਤ ਕਰਕੇ ਇਹਨਾਂ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦੇ ਰਹੋ। ਬਹੁਤ ਬਹੁਤ ਧੰਨਵਾਦ।